ਸਭ ਤੋਂ ਪਹਿਲਾਂ ਮੈਂ ਉਸ ਗੋਲਗ ਚੋਰ ਨੂੰ ਇਹ ਕਹਿਣਾ ਚਾਹੁੰਦਾ ਵੀ 60 ਸਾਲ ਦੀ ਤੇਰੀ ਉਮਰ ਹੋ ਗਈ ਐ ਤੂੰ ਸੋਸ਼ਲ ਮੀਡੀਆ ਤੇ ਬੈਠਾ ਇੱਥੇ ਡੋਪੇ ਫੜਦਾ ਤੈਨੂੰ ਕਿਸਾਨ ਹੀ ਉਹਨਾਂ ਨੂੰ ਕਹਿ ਦਿੰਦੇ ਇੱਕ ਦਿਨ ਉਹ ਤੈਨੂੰ ਚੱਕ ਲੈ ਜਾਂਦੀ ਐ ਤੇ ਉੱਥੇ ਮਾਰ ਕੇ ਤੇਰੇ ਜਿਹੜਾ ਪੁੱਤ ਆਊਗਾ ਤੇਰਾ ਉਹਨੂੰ ਨੌਕਰੀ ਦਵਾ ਦਿੰਨੇ ਆਪਾਂ ਇਸ ਚੋਰੇ ਨੂੰ ਇੱਕ ਗੱਲ ਹੋਰ ਪੁੱਛੇ ਵੀ ਜਿਹੜੀਆਂ ਸਰਕਾਰਾਂ ਨੇ ਅੱਜ ਦੇ ਟਾਈਮ 'ਚ ਉਹ ਤਾਂ ਚੰਗੇ ਪਲੇ ਪੜੇ ਲਿਖੇ ਜਿਹੜੇ ਨੌਜਵਾਨ ਆਪਣੇ ਰੁੱਲਦੇ ਫਿਰਦੇ ਨੇ ਬੇਰੋਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਸਕੀ ਆ ਏ ਮਨਨ ਕਿਸਾਨ ਜਿਹੜੇ ਵਿਚਾਰੇ ਉੱਥੇ ਆਪਣੇ ਧਰਨਾ ਲਾ ਕੇ ਬੈਠੇ ਨੇ ਆਪਣਾ ਹੱਕ ਮੰਗਦੇ ਨੇ ਜੇ ਉੱਥੇ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੇ ਪਰਿਵਾਰਾਂ ਨੂੰ ਕੌਣ ਪੁੱਛਦਾ ਹੈ ਕਿਹੜਾ ਨੌਕਰੀ ਦੇ ਦੂਗਾ ਉਹਨਾਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਹੈ ਉਹ ਇੱਕ ਗੋਲਕ ਚੋਰ ਹੈ ਬੜਾ ਬਹੁਤ ਵੱਡਾ ਚੋਰ ਆ ਉਹਦੇ ਸਿਰ ਕਈ ਮਾਮਲੇ ਵੀ ਬੋਲਦੇ ਨੇ ਉਹਦੀ ਅੱਜ ਆਪਾਂ ਗੱਲਬਾਤ ਕਰਨੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਉਹਨੇ ਪੋਸਟ ਕੀ ਪਾਈ ਆ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਵਾ ਉਹ ਕਹਿੰਦਾ ਵੀ ਜਿਹੜੇ ਬੁੜੇ ਠੇਰੇ ਹੁੰਦੇ ਨੇ ਨਾ ਕਿਸਾਨੀ ਉਹਨੇ ਨਾਲੇ ਉਹਨਾਂ ਨੂੰ ਚੱਕ ਲੈ ਜਾਂਦੇ ਨੇ ਧਰਨਿਆਂ ਤੇ ਤੇ ਉਹਨਾਂ ਨੂੰ ਮਾਰ ਕੇ ਫਿਰ ਉਹਨਾਂ ਦਾ ਮਾਅਬਜਾ ਮੰਗਦੇ ਨੇ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ ਮੰਗਦੇ ਨੇ ਤੇ ਉਹਦੀ ਅੱਜ ਆਪਾਂ ਗੱਲਬਾਤ ਕਰਨੀ ਆ ਉਹਨੂੰ ਦੰਦਾ ਪੂਰਾ ਠੋਕ ਕੇ ਜਵਾਬ ਸਭ ਤੋਂ ਪਹਿਲਾਂ ਮੈਂ ਉਸ ਗੋਲਗ ਚੋਰ ਨੂੰ ਇਹ ਕਹਿਣਾ ਚਾਹੁੰਦਾ ਵੀ 60 ਸਾਲ ਦੀ ਤੇਰੀ ਉਮਰ ਹੋ ਗਈ ਐ ਤੂੰ ਸੋਸ਼ਲ ਮੀਡੀਆ ਤੇ ਬੈਠਾ ਇੱਥੇ ਡੋਪੇ ਫੜਦਾ ਤੈਨੂੰ ਕਿਸਾਨੀ ਉਹਨਾਂ ਨੂੰ ਕਹਿ ਦਿੰਨੇ ਇੱਕ ਦਿਨ ਉਹ ਤੈਨੂੰ ਚੱਕ ਲੈ ਜਾਂਦੀ ਐ ਬਾਤ ਤਾ ਕਦੋਂ ਜਾਣਾ ਤੂੰ ਦੱਸ ਸਾਨੂੰ ਨਾਲੇ ਅੱਜ ਮੈਂ ਸ਼ਰਿਆ ਮੈਨੂੰ ਚੈਲੰਜ ਕਰਦਾ ਵੀ ਜੇ ਇਹ ਆਪਣੇ ਅਸਲ ਪਿਓ ਦਾ ਨਾ ਇੱਕ ਪੂਰੀ ਲਿਫਟ ਜਾਰੀ ਕਰੇ ਪਿਛਲੇ ਕਿਸਾਨੀ ਅੰਦੋਲਨ ਚ ਕਿੰਨੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਸਾਰਿਆਂ ਦੀ ਡਿਟੇਲ ਲਿਆ ਕੇ ਦਵੇ ਉਹਦੇ ਇਕੱਲੇ-ਇਕੱਲੇ ਘਰ ਜਾਵੇ ਤੇ ਸਾਨੂੰ ਦੱਸੇ ਵੀ ਕਿੰਨਾ-ਕਿੰਨਾ ਨੂੰ ਨੌਕਰੀ ਮਿਲੀ ਹੈ ਕਿੰਨਾ-ਕਿੰਨਾ ਨੂੰ ਮੁਆਵਜ਼ਾ ਮਿਲਿਆ ਜਿਹੜੇ ਉੱਥੇ ਬੰਦੇ ਬੈਠੇ-ਬੈਠੇ ਸ਼ਹੀਦ ਹੋ ਗਏ ਸੀ ਪਿਛਲੇ ਕਿਸਾਨੀ ਸਭਾਰਚ ਇਸ ਚੋਰੇ ਨੂੰ ਇੱਕ ਗੱਲ ਹੋਰ ਪੁੱਛੇ ਵੀ ਜਿਹੜੀਆਂ ਸਰਕਾਰਾਂ ਨੇ ਅੱਜ ਦੇ ਟਾਈਮ ਚ ਉਹ ਤਾਂ ਚੰਗੇ ਪਲੇ ਪੜੇ ਲਿਖੇ ਜਿਹੜੇ ਨੌਜਵਾਨ ਆਪਣੇ ਰੁੱਲਦੇ ਫਿਰਦੇ ਨੇ ਬੇਰੋਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਸਕੀਆਂ ਇਹ ਮਤਲਬ ਕਿਸਾਨ ਜਿਹੜੇ ਵਿਚਾਰੇ ਉੱਥੇ ਆਪਣੇ ਧਰਨਾ ਲਾ ਕੇ ਬੈਠੇ ਨੇ ਆਪਣਾ ਹੱਕ ਮੰਗਦੇ ਨੇ ਜੇ ਉੱਥੇ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੇ ਪਰਿਵਾਰਾਂ ਨੂੰ ਕੌਣ ਪੁੱਛਦਾ ਹੈ ਕਿਹੜਾ ਨੌਕਰੀ ਦੇ ਦੂਗਾ ਉਹਨਾਂ ਨੂੰ ਉਹ ਪੁੱਟਿਆ ਨਾਲ ਇੱਕ ਗੱਲ ਸੁਣ ਮੇਰੀ ਆ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਹੁਣ ਲੱਗਿਆ ਹੋਇਆ ਹੈ ਨਾ ਉੱਥੇ ਇੱਕ ਮੁੰਡਾ ਆਇਆ ਹੋਇਆ ਜਿਹਦਾ ਪਿਓ ਵਿਚਾਰਾ ਪਹਿਲਾਂ ਸ਼ਹੀਦ ਹੋ ਗਿਆ ਸੀ ਪਿਛਲੇ ਕਿਸਾਨੀ ਸੰਘਰਸ਼ ਚ ਉਹਨੂੰ ਪੁੱਛ ਕੇ ਦੇਖੀ ਵੀ ਭਾਈ ਤੈਨੂੰ ਕਿੰਨੀਆਂ ਗੱਲ ਨੌਕਰੀਆਂ ਮਿਲ ਗਈਆਂ ਜੇ ਉਹਨੂੰ ਨੌਕਰੀ ਮਿਲੀ ਹੁੰਦੀ ਤੇ ਉਹ ਅੱਜ ਉੱਥੇ ਬੈਠਾ ਹੁੰਦਾ ਉਹਨੂੰ ਜਾ ਕੇ ਪੁੱਛ ਪਹਿਲਾਂ ਉਹਦੀ ਇੰਟਰਵਿਊ ਕਰ ਪੰਜਾਬੀਆਂ ਜੇ ਇਹ ਨਾ ਬੰਦਿਆਂ ਦੇ ਕੀੜੀ ਵੀ ਲੜ ਜਵੇ ਨਾ ਕੀੜੀ ਵੀ ਲੜ ਜਵੇ ਇਹ ਲਾਈਵ ਹੋ ਕੇ ਸਿੱਟ ਸੇ ਆਪਾਂ ਰੋਂਦੇ ਨਹੀਂ ਵੀ ਸਾਡਾ ਦੇਖੋ ਜੀ ਕਿੰਨਾ ਦਰਦ ਵਧ ਗਿਆ ਸਾਨੂੰ ਮਨ ਫੰਡ ਭੇਜੋ ਫਟਾਫਟ ਤੇ ਕਿਹੜੇ ਬੰਦੇ ਦਾ ਜੀ ਹੈ ਕਿਹੜਾ ਚਾਹੇ 80 ਸਾਲ ਦਾ ਚਾਹੇ 90 ਸਾਲ ਦਾ ਚਾਹੇ 100 ਪਲੱਸ ਹੋ ਗਿਆ ਕਿਹੜਾ ਬੰਦਾ ਹੈ ਜੀਦਾ ਜੀ ਕਰਦਾ ਉਹ ਵੀ ਭਾਈ ਮੈਂ ਮਰ ਜਮਾ ਮੇਰੇ ਮਰੇ ਤੋਂ ਬਾਅਦ ਮੇਰੇ ਘ ਪੋ ਵੀਰ ਰੋਡੇਬੇਕ ਲੋ ਆਇਆ ਨਾ ਲਿਸ਼ਕ ਪੁਸ਼ਕ ਗਿਆ ਚੋਪੜ ਕੇ ਜਿਵੇਂ ਸਾਨ ਮਤਲਬ ਮਾਰਸ ਕਰੀ ਹੁੰਦੀ ਐ ਸਾਨ ਦੀ ਐ ਮਤਲਬ ਦਾੜੀ ਦੁੜੀ ਨੂੰ ਲਾ ਕੇ ਪੂਰਾ ਮਤਲਬ ਤੇਲ ਇਹ ਰੋਜ਼ ਐ ਕੱਪੜੇ ਨਵੇਂ ਪਾ ਕੇ ਐ ਬੈਠਾ ਹੁੰਦਾ ਐ ਇਹਨੂੰ ਪੁੱਛ ਲਿਓ ਵੀ ਤੈਂ ਕਦੇ ਜ਼ਿੰਦਗੀ ਚ ਖੇਤੀ ਕੀਤੀ ਆ ਕਿਹੜੇ ਕਿਹੜੇ ਸੰਦ ਖੇਤੀ ਦੇ ਵਰਤੇ ਜਾਂਦੇ ਨੇ ਕਿਹੜੀਆਂ ਕਿਹੜੀਆਂ ਦਵਾਈਆਂ ਪੈਂਦੀਆਂ ਨੇ ਕਿਹੜਾ ਰੇ ਸਪਰੇ ਹੁੰਦਾ ਖੇਤੀਆਂ ਨੂੰ ਆ ਤੱਕ ਇਸ ਬੰਦੇ ਨੂੰ ਇਹ ਹੀ ਨਹੀਂ ਪਤਾ ਹੋਣਾ ਉਹ ਚਵਲੋ ਗੋਲ ਕਾ ਜੋ ਪੈਸੇ ਕਰਦੇ ਕਰਦੇ ਦਾ ਤੁਹਾਡੀਆਂ ਵੀਡੀਓ ਆ ਗਈਆਂ ਉਹ ਤਾਂ ਸ਼ਰਿਆਮ ਸਾਰੇ ਦੇ ਸਾਹਮਣੇ ਪਈ ਆ ਉਹ ਵੀਡੀਓ ਤੇ ਤੁਸੀਂ ਮਰਦੇ ਹੋ ਬੋਲਣ ਨੂੰ ਦੇ ਕੋਈ ਹੋਰ ਅਣਖ ਵਾਲਾ ਗੈਰਤ ਵਾਲਾ ਉੱਥੇ ਬੰਦਾ ਹੁੰਦਾ ਨਾ ਉਹਨੇ ਕੱਦੀ ਸੂਸਾਈਡ ਕਰ ਜਾਣੀ ਸੀ ਨਾਲੇ ਇਹਨੂੰ ਬਿਠਾ ਕੇ ਇੱਕ ਗੱਲ ਪੁੱਛੇ ਤੇ ਜੇ ਸਰਕਾਰ 24 ਅੱਪਲਵਾਦਾ ਦੰਦੀ ਦੀਆਂ ਨੌਕਰੀਆਂ ਜੇ ਦੇ ਵੀ ਦਵੇ ਤੇਰੇ ਢਿੱਡ 'ਚ ਕਿਉਂ ਅੱਗ ਲੱਗਦੀ ਆ ਤੇਰੇ ਘਰ 'ਚੋਂ ਤੇਰੇ ਘਰ 'ਚੋਂ ਮੰਗਣ ਆਉਂਦਾ ਕੋਈ ਕਿਸਾਨ ਇਸ ਮੁਲਕ ਦਾ ਇੱਕ ਸਲੋਗਨ ਹੈ ਜੈ ਜਵਾਨ ਜੈ ਕਿਸਾਨ ਜੇ ਜਵਾਨ ਮਰੇ ਤੇ ਉਹਦੇ ਪੁੱਤ ਨੂੰ ਨੌਕਰੀ ਮਿਲ ਸਕਦੀ ਆ ਤੇ ਕਿਸਾਨ ਮਰੇ ਤੋਂ ਉਹਦੇ ਪੁੱਤ ਨੂੰ ਨੌਕਰੀ ਕਿਉਂ ਨਹੀਂ ਮਿਲ ਸਕਦੀ ਇਹ ਗੱਲ ਦਾ ਜਵਾਬ ਦਵੇ ਇਹ ਗੋਲਕਚੋਰ ਨਾਲੇ ਮੇਰੀ ਗੱਲ ਸੁਣ ਕਲ ਖੋੜ ਕੇ ਉਥੇ ਇਕੱਲੇ ਜਿਹੜੇ ਬੁੜੇ ਠੇਰੇ ਨੇ ਵਿਚਾਰੇ ਬਜ਼ੁਰਗ ਨੇ ਸਾਡੇ ਉਹੀ ਜਕਮ ਨਹੀਂ ਹੋਏ ਉਹੀ ਸ਼ੀਤ ਨਹੀਂ ਹੋਏ ਬਹੁਤ ਨੌਜਵਾਨ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੀ ਵੱਜੀਆਂ ਨੇ ਜੇ ਉਹਨਾਂ ਨੂੰ ਕੱਲ ਕੁਝ ਹੋ ਗਿਆ ਉਹਨਾਂ ਦੀ ਸ਼ਿੱਧੀ ਹੋ ਗਈ ਉਹਨਾਂ ਦੇ ਪਰਿਵਾਰ ਨੂੰ ਕੌਣ ਸਹੂਗਾ ਇਹ ਗੱਲ ਦੱਸ ਪਹਿਲਾਂ ਮੈਨੂੰ ਵੇਖੋ ਕਿ ਕਿੰਨੀ ਸਾਡੀ ਹਿਊਮਨ ਰਾਈਟਸ ਦਾ ਮਤਲਬ ਉਲੰਘਣਾ ਹੋ ਰਹੀ ਹੈ ਵੀ ਇੱਕ ਬੰਦਾ ਜਿਹੜਾ ਜੇਲ੍ਹ 'ਚ ਨਜ਼ਰਬੰਦ ਹੈ ਜਿਹੜੇ ਸਿੰਘ ਆਪਣੇ ਨਜ਼ਰਬੰਦ ਨੇ ਉਹਨਾਂ ਦੇ ਬਾਥਰੂਮਾਂ ਤੱਕ ਜਿਹੜਾ ਹੈਗਾ ਉਹ ਸਪਾਈ ਕੈਮਰਾ ਲਾਗੇ ਨੇ ਇਹ ਸਭ ਤੋਂ ਵੱਡੀ ਜਿਹੜੀ ਇੱਕ ਘਟੀਆ ਹਰਕਤ ਹੁੰਦੀ ਹੈ ਜਦੋਂ ਇੱਕ ਬੰਦੇ ਦੀ ਜਿਹੜੀ ਪਰਸਨਲ ਲਾਈਫ ਹੈ ਉਹੀ ਤੁਸੀਂ ਮਤਲਬ ਲੋਕਾਂ ਦੇ ਸਾਹਮਣੇ ਲਿਆ ਕੇ ਖੜੀ ਕਰਤੀ ਇਹ ਸਭ ਤੋਂ ਵੱਡੀ ਮੇਰੀ ਨਿਗਾਹ 'ਚ ਜਿਹੜਾ ਹਿਊਮਨ ਰਾਈਟਸ ਦਾ ਉਲੰਘਣ ਹੈ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ ਇਹ ਗੱਲ ਤੇ ਕਦੇ ਵੀ ਇਹ ਬੰਦੇ ਨਹੀਂ ਬੋਲਣਗੇ ਅਸੀਂ ਅੱਜ ਵੀ ਇਹ ਗੱਲ ਕਰਨੇ ਆਂ ਵੀ ਇਹ ਜਿਹੜਾ ਹੈਗਾ ਸ਼ਰੇਆ ਸੋ ਚੋਰਾ ਗੱਲ ਇੰਨੀ ਕੁ ਕਰੀਦੀ ਹੁੰਦੀ ਆ ਜਿੰਨੀਆਂ ਕਿ ਲੱਤਾਂ ਭਾਰ ਚੱਲ ਸਕਣ ਐਵੇਂ ਨਹੀਂ ਮਤਲਬ ਖੰਭ ਖਲਾਰੀ ਜਾਈਦੇ ਹੁੰਦੇ ਸੋ ਆਪਣੀ ਔਕਾਤ ਤੇ ਰਹਿਦਾ ਹੁੰਦਾ ਐਨੀਆਂ ਕੁ ਗੱਲਾਂ ਮੈਂ ਇਹਦੇ ਨਾਲ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ